ਫਤੇਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਅੱਜ ਆਪਾਂ ਸੰਤ ਜਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦਾ 71ਵਾਂ ਜਨਮ ਦਿਨ ਮਨਾਉਣ ਆਈ ਸਾਰੀ ਸਾਧ ਸੰਗਤ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਸਭ ਨੂੰ ਫਤਿਹ ਅਰਜ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਜਿਹੜੇ ਆਪਾਂ ਜਨਮ ਦਿਨ ਅੱਜ ਮਨਾ ਰਹੇ ਆ ਸੰਤਾਂ ਦੇ ਇਹ ਸਰਦਾਰ ਸਿਮਰਤਜੀਤ ਸਿੰਘ ਮਾਨ ਨੇ ਉਹ ਸਮੇਂ ਦੇ ਵਿੱਚ ਇਹ ਜ਼ਾਲਮ ਸਰਕਾਰਾਂ ਨਾ ਸਾਨੂੰ ਇਕੱਠੇ ਹੋਣ ਦਿੰਦੀਆਂ ਸੀ ਨਾ ਬੋਰਡ ਲਾਉਣ ਦਿੰਦੀਆਂ ਸੀ ਉਹ ਸੰਘਰਸ਼ੀ ਸਮੇਂ ਤੋਂ ਲੈ ਕੇ ਹੁਣ ਇਹ ਜਿਹੜੀਆਂ ਏਜੰਸੀਆਂ ਇਹ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਸੋਚ ਨੂੰ ਗਲਤ ਦੱਸਦੀਆਂ ਆ ਰਹੀਆਂ ਪਰ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਉਹਨਾਂ ਦੀ ਸੋਚ ਤੇ ਸੰਤ ਜਨੈ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਜੋ ਕਿ ਸਾਨੂੰ ਆਜ਼ਾਦ ਕਰਾਉਣਾ ਚਾਹੁੰਦੇ ਸੀ ਉਹਨਾਂ ਤੇ ਪਹਿਰਾ ਦਿੰਦੇ ਹੋਏ ਅੱਜ ਅਸੀਂ ਜਨਮ ਦਿਨ ਨੇ ਬਹੁਤ ਧੂਮ-ਤਾਮ ਨਾਲ ਮਨਾ ਰਹੇ ਆਂ ਇਹ ਸਰਦਾਰ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਦੇਣ ਹੈ ਸੋ ਮੈਂ ਉਚੇਚੇ ਤੌਰ ਤੇ ਨੌਜਵਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੇ ਨੌਜਵਾਨ ਖਾਲਸਤਾਨ ਦੇ ਰਾਹ ਤੇ ਚੱਲਦੇ ਐ ਜਾਂ ਆਜ਼ਾਦੀ ਲੈਣਾ ਚਾਹੁੰਦੇ ਐ ਉਹ ਆਪਣੇ ਗੁਰੂ ਇਤਿਹਾਸ ਨਾਲ ਜ਼ਰੂਰ ਜੁੜਨ ਕਿਉਂਕਿ ਸнт ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ 1978 ਤੋਂ ਲੈ ਕੇ 1984 ਵਿੱਚ ਉਹਨਾਂ ਦਾ ਜੇ ਜੀਵਨ ਦੇਖੀਏ ਉਹਨਾਂ ਦਾ ਜੀਵਨ ਗੁਰੂ ਇਤਿਹਾਸ ਦੇ ਮੁਤਾਬਕ ਕੀ ਸੀ ਜਿਨ੍ਹਾਂ ਨੇ ਮਰੀ ਪੀੜੀ ਤੇ ਚੱਲਦਿਆਂ ਜਿੱਥੇ ਜ਼ੁਲਮ ਦੇ ਨਾਲ ਲੜਿਆ ਉਥੇ ਆਪਣੀ ਅਣਖ ਤੇ ਆਨ ਨਾਲ ਉਹਨਾਂ ਨੇ ਜ਼ੁਲਮ ਦੇ ਦਾ ਟੱਕਰਾ ਕੀਤਾ ਤੇ ਆਪਣਾ ਆਜ਼ਾਦ ਸਿੱਖ ਰਾਜ ਖਾਲਸਾਤਾਨ ਲਈ ਜਦੋ ਜਹਿਦ ਕਰਦੇ ਸ਼ਹੀਦੀ ਪ੍ਰਾਪਤ ਕੀਤੀ ਹੈ ਸੋ ਖਾਲਸਾ ਜੀ ਅੱਜ ਸਾਨੂੰ ਲੋੜ ਹੈ ਕਿ ਆਪਾਂ ਉਹਨਾਂ ਦੇ ਪੂਰਨਿਆਂ ਦੇ ਚੱਲਦੇ ਹੋਏ ਤੇ ਇਤਿਹਾਸ ਨੂੰ ਯਾਦ ਕਰਕੇ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਸਾਥ ਦਈਏ ਤੇ ਸਾਡੇ ਜਿਹੜੇ ਨੌਜਵਾਨ ਨੇ ਜਿਹੜੀ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਪਾਰਟੀ ਨੇ ਕਾਲਜਾਂ ਦੇ ਯੂਨੀਵਰਸਿਟੀਆਂ ਦੀ ਅਸੀਂ ਕਾਲਜਾਂ ਦੇ ਵਿੱਚ ਕੈਂਪ ਲਾਏ ਸੀ ਆਨੰਦਪੁਰ ਸਾਹਿਬ ਫਤਿਹਗੜ੍ਹ ਸਾਹਿਬ ਤੇ ਆਪਾਂ ਅੱਗੋਂ ਹੋਰ ਕੈਂਪ ਲਾਈਏ ਤਾਂ ਕਿ ਆਪਾਂ ਜਿਹੜੀ ਆਪਣੀ ਸੋਚ ਹੈ ਸੰਜਨ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਜਿਹੜੇ ਨੌਜਵਾਨ ਉਹਨਾਂ ਨੂੰ ਜਾਗਰੂਕ ਕਰਾਈਏ ਤੇ ਆਪਣਾ ਕੌਮੀ ਕਰ ਲੈਣ ਲਈ ਖਾਲਸਪਤਾਨ ਉਹਨਾਂ 'ਚ ਲੜੀਏ ਜਿੱਨਾਂ 'ਚ ਰ ਆਪਾਂ ਆਪਣਾ ਘਰ ਜਿਹੜਾ ਖਾਲਸਪਤਾਨ ਨਹੀਂ ਲੈ ਲੈਂਦੇ ਸੁਖਾਲਤਾ ਜੀ ਅੱਜ ਆਪਾਂ ਉਹਨਾਂ ਮਹਾਨ ਸਨਜਨਾ ਸਿੰਘ ਖਾਲਸਾ ਪਿੰਡ ਵਾਲਿਆਂ ਦੀ ਜਨਮ ਦਿਨ ਤੇ ਆਏ ਆ ਸਭ ਨੂੰ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ